पंजाब दे स्वतंत्रता सैनानी रक्षा सेवावां फूड प्रोसैसिंग बागवानी मंत्री फौजा सिंह सरारी वालों फाजिलका का दौरा किया गया। इस दौरान फाजिलका पहुंचने से डिप्टी कमिश्नर दफ्तर में उन्होंने पंजाब पुलिस की एक टुकड़ी वालों सलामी दी गई। इस तो पहला फाजिलका के डिप्टी कमिश्नर हिमांशु अग्रवाल और SSP भुपिंदर सिंह सिद्धू वालों उन्होंने फुलों के गुलदस्ते भेंट करके उन्हों का स्वागत किया गया, जिस तो बाद फाजिलका जिले के वख-वख विभागों के अधिकारियों नाल उन्होंने मीटिंग की है। इस मौके उन्होंने डिप्टी कमिश्नर दफ्तर में बूटा भी लगाया है। इस दौरान देरी कारण मीडिया की नाराजगी का सामना भी उन्होंने करना पड़ा, जिस करके मीडिया कर्मियों ने मंत्री की प्रेस कॉन्फ्रेंस का बाइकाट कर दिया। डीसी साहब की ड्यूटी लाने जा रहे हैं, MLA साहबान है ही किसी कारण करके बाहर गए हुए। अगली मीटिंग के जिन्ना कुछ आप अब गलत की सर्वे करा कि किन्ना कुछ होया ठीक है। देखो जी, सारे डिपार्टमेंट्स का जिहड़ा रिव्यू किया गया, जिन्ने प्रोजेक्ट चल रहे हैं, जिहड़ियां स्कीमां चल रही हैं, उन्हां ते जो काम हो रहा उहदे बाद बारे विच मंत्री साहब ने हर एक डिपार्टमेंट तो अलग अलग जिहड़ी उन्हां तो डिटेल ली है, उन्हां तो पुछिया, गलबात की है। असल मकसद यही है आम आदमी पार्टी की सरकार का कि जिहड़ियां सेवावां सुविधावां वो लोगों तक पहुँच सकन, तो वो लोगों तक पहुँचाने लिए जिहड़ा पूरी डिटेल दे विच अज मंत्री साहब ने सारा रिव्यू लिया, गलबात की है, तो आदेश दिते है कि लोग जिहड़े खज्जल खुआर नहीं होने चाहिए, जिहड़ी भी सहूलत आउंदी है उन्हां नूं डायरेक्ट मिलनी चाहिए, तो वो ग्राउंड ते इंप्लीमेंट भी होनी चाहिए, कल्ली कागजां च नहीं रहनी चाहिए। ये कहते कहते मीडिया बड़ा खज्जल खुआर होया, 12 बजे का टाइम सी कहते, तो मीडिया उठ के चल गया बायकट करके, पहली बार मंत्री साहब आए हैं। नहीं, मैनू इहदे बारे पता नहीं कि क्यों नहीं तालमेल हो सकिया, क्योंकि इहदा एक टाइम देना चाहिए सी, पर मैनू इहदे बारे पता नहीं क्योंकि अंदर मीटिंग काफ़ी लंबा समा चली है, 2-3 घंटे चली है, तो बाहर का मैनू पता नहीं ज़्यादा। ਤੁਸੀਂ ਖੱਜਲ ਖੁਆਰੀ ਦੀ ਗੱਲ ਕੀਤੀ ਨਾ, ਉਹ ਇਸ ਲਈ ਤੁਹਾਨੂੰ ਪੁੱਛਿਆ ਗਿਆ ਕਿ ਮੀਡੀਆ ਕਰਮੀ ਵੀ ਜਿਹੜਾ ਕਾਫੀ ਦੇਰ ਜਿਹੜਾ ਖੱਜਲ ਖੁਆਰ ਹੁੰਦੇ ਰਹੇ। ਬਿਲਕੁਲ, ਜੇ ਕੋਈ ਇਦਾਂ ਦੀ ਦਿੱਕਤ ਆਈ ਹੈ ਤਾਂ ਇਸ ਤੋਂ ਬਾਅਦ ਦੁਬਾਰਾ ਨਹੀਂ ਆਏਗੀ। ਮੈਂ ਵੀ ਰਿਕੁਐਸਟ ਕਰਾਂਗਾ ਜਿਹੜੇ ਵੀ ਸੂਚਨਾ ਵਿਭਾਗ ਦੀ ਜ਼ਿੰਮੇਵਾਰੀ ਸੀ ਕਿ ਤੁਹਾਡੇ ਸਾਰਿਆਂ ਨਾਲ ਤਾਲਮੇਲ ਕੀਤਾ ਜਾਂਦਾ, ਤੁਹਾਨੂੰ ਦੱਸਿਆ ਜਾਂਦਾ, ਤਾਂ ਜੇ ਕੋਈ ਦਿੱਕਤ ਆਈ ਹੈ ਦੁਬਾਰਾ ਨਹੀਂ ਆਏਗੀ, ਇਹਨੂੰ ਠੀਕ ਕਰ ਲਾਂਗੇ। ਇਸ ਮੌਕੇ ਤੇ ਕੱਚਾ ਅਧਿਆਪਕ ਯੂਨੀਅਨ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਦੀ ਮੰਗ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਹਨਾਂ ਦਾ ਮਾਣ ਪਤਾ ਵਧਾਇਆ ਜਾਵੇ। ਮੰਤਰੀ ਦੇ ਭਰੋਸੇ ਤੋਂ ਬਾਅਦ ਯੂਨੀਅਨ ਵੱਲੋਂ ਪ੍ਰਦਰਸ਼ਨ ਖਤਮ ਕੀਤਾ ਗਿਆ। ਤੇ ਸਰ 18 ਸਾਲਾਂ ਤੋਂ ਜਿਹੜਾ ਅਸੀਂ ਕੱਚੇ ਅਧਿਆਪਕ ਰੋਲ ਰਹੇ ਹਾਂ, ਨਿਗੁਣੀਆਂ ਤਨਖਾਹਾਂ ਤੇ 3500-6000 ਦੇ ਵਿੱਚ 2-2 ਕਲਾਸਾਂ 3-3 ਕਲਾਸਾਂ ਪੜ੍ਹਾ ਰਹੇ ਹਾਂ, ਫਿਊਚਰ ਸਾਡਾ ਸਾਰਾ ਇਹ ਸਰਕਾਰਾਂ ਨੇ ਖਰਾਬ ਕਰਤਾ। ਤੇ ਜਦੋਂ ਰੈਗੂਲਰ ਦੀ ਗੱਲਬਾਤ ਹੁੰਦੀ ਹੈ, ਪਿਛਲੀਆਂ ਸਰਕਾਰਾਂ ਜਿਹੜੀਆਂ ਬੈਕਡੋਰ ਐਂਟਰੀ ਕਰਕੇ ਕਹਿ ਕੇ ਪੱਲਾ ਛਡਾਉਂਦੀਆਂ ਰਹੀਆਂ, ਤੇ ਜਦੋਂ ਜਦੋਂ ਮਾਰ ਵੱਜੀ ਸਾਨੂੰ ਪਿਛਲੀਆਂ ਸਰਕਾਰਾਂ ਵੇਲੇ, 3 ਸਾਡੀਆਂ ਜਾਨਾਂ ਗਈਆਂ, ਸ਼ਹਾਦਤਾਂ ਹੋਈਆਂ, 4th ਸਾਡਾ ਜਿਉਂਦਾ ਵੀਰ ਸੜਿਆ ਸਮਰ, ਤਾਂ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਸਟੇਟ ਪ੍ਰੈਜ਼ੀਡੈਂਟ ਆਪਣੇ ਬਣਾਏ ਦੇ ਆ, ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਕੌਮੀ ਪ੍ਰਧਾਨ ਕੇਜਰੀਵਾਲ ਜੀ ਸਾਡੇ ਧਰਨਿਆਂ ਦੇ ਵਿੱਚ ਜਾ ਕੇ ਵਾਅਦੇ ਕਰਦੇ ਰਹੇ ਕਿ ਤੁਹਾਡੀ 36,000 ਤਨਖਾਹ ਕਰਾਂਗੇ ਤੇ ਸਰਕਾਰ ਆਉਂਦਿਆਂ ਪਹਿਲ ਦੇ ਆਧਾਰ ਤੇ ਤੁਹਾਨੂੰ ਪੱਕਾ ਕਰਾਂਗੇ। ਅੱਜ ਸਰਕਾਰ ਆਈ ਨੂੰ 6 ਮਹੀਨੇ ਹੋ ਗਏ ਆ, ਇਹਨਾਂ ਨੇ ਸਾਡੇ ਨਾਲ ਕੋਈ ਟੇਬਲ ਟਾਕ ਵੀ ਨਹੀਂ ਢੰਗ ਦੀ ਕੀਤੀ। ਅੱਜ ਸਾਡੇ ਸਾਹਮਣੇ ਇੱਕ ਪਾਲਿਸੀ ਆ ਰਹੀ ਹੈ, ਉਹ ਵੀ ਸੁਣੀ ਸੁਣਾਈ ਗੱਲ ਹੈ, ਮੰਤਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਹੈਗੀ ਇਸ ਬਾਰੇ ਵੀ ਅਸੀਂ ਕੁਛ ਕਰ ਰਹੇ ਹਾਂ, ਪਰ 10 ਸਾਲਾ ਪਾਲਿਸੀ ਦੀ ਗੱਲ ਕਰ ਰਹੇ ਹੈ ਜਿਹਦੇ ਵਿੱਚ ਇਹ 2010 ਤੋਂ ਪਹਿਲਾਂ ਜਿਹੜੇ ਸਾਥੀ ਡਿਗਰੀ ਹੋਲਡਰ ਹੈ ਉਹਨਾਂ ਦੀ ਗੱਲ ਕਰ ਰਹੇ ਹੈ, ਪਰ ਸਾਨੂੰ ਸਰਕਾਰ ਨੇ ਜਿਹੜੀ ETT ਸਪੈਸ਼ਲ ਕਰਵਾਈ ਸੀ ਉਹ 2009 ਦੇ ਵਿੱਚ ਕਰਵਾਈ ਸੀ ਤੇ ਉਦੋਂ ਬਾਅਦ ਐਂਟੀਟੀ ਵੀ ਕਰਵਾਈ। ਸਾਡੀ ਇਹ ਬੇਨਤੀ ਹੈ ਵੀ ਜੇ ਸਰਕਾਰ ਕਰਨ ਲੱਗੀ 13,000 ਦਾ, ਮੰਨ ਲਓ 10 ਸਾਲਾਂ ਪਾਲਿਸੀ ਵਿੱਚ ਕੁਛ ਬੰਦੇ ਲਿਆਉਣ ਲੱਗੀ ਤੇ ਬਾਕੀਆਂ ਦਾ ਕੀ ਕਰਨ ਲੱਗੀ ਹੈ? ਸਾਨੂੰ ਦੂਜੀਆਂ ਸਰਕਾਰਾਂ ਤਰ੍ਹਾਂ ਕੋਰਟ ਦੇ ਵਿੱਚ ਨਾ ਰੋਲੇ ਸਰਕਾਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।